ਸਤ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਰਿਕਰੂਟਮੈਂਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਨਿਕਲ ਕੇ ਆ ਚੁੱਕੀ ਹੈ ਜੋ ਕਿ ਸਟੇਟ ਪੁਲਿਸ ਕੰਪਲੇਂਟ ਅਥਾਰਟੀ ਵੱਲੋਂ ਕੱਢੀ ਗਈ ਹੈ ਜਿਸ ਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਹੋਣ ਜਾ ਰਹੇ ਨੇ ਸੋ ਤੁਸੀਂ ਇਹਦੇ ਲਈ ਅਪਲਾਈ ਜ਼ਰੂਰ ਨਾਲ ਕਰ ਲੈਣਾ ਹੈ ਪੂਰਾ ਪ੍ਰੋਸੈਸ ਤੁਹਾਨੂੰ ਮੈਂ ਦੱਸਾਂਗਾ ਇਸ ਵੀਡੀਓ ਦੇ ਵਿੱਚ ਕਿੱਦਾਂ ਤੁਸੀਂ ਅਪਲਾਈ ਕਰੋਗੇ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਦੇਗਾ ਏਜ ਲਿਮਿਟ ਕੀ ਰਹੇਗੀ ਔਰ ਕੰਪਲੀਟ ਪ੍ਰੋਸੈਸ ਤੁਸੀਂ ਲੋ ਸਬਸਕ੍ਰਾਈਬ ਵੀ ਕਰ ਲੈਣਾ ਉਹਦੇ ਨਾਲ ਨਾਲ ਬੈਲ ਆਈਕਨ ਵੀ ਦਬਾਦਣਾ ਉਹਦੇ ਨਾਲ ਤੁਹਾਨੂੰ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਜਿਹੜਾ ਹੈ ਤੁਹਾਡੇ ਮੋਬਾਈਲ ਦੇ ਵਿੱਚ ਸਭ ਤੋਂ ਪਹਿਲਾਂ ਮਿਲ ਜਾਏਗਾ ਔਰ ਤੁਸੀਂ ਉਹਦੇ ਲਈ ਸਮਾਂ ਰੰਦੇ ਅਪਲਾਈ ਵੀ ਕਰ ਪਾਓਗੇ ਅਸੀਂ ਆਪਣੇ ਚੈਨਲ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਰਿਕਰੂਟਮੈਂਟ ਨੋਟੀਫਿਕੇਸ਼ਨ ਚਾਹੇ ਉਹ ਪ੍ਰਾਈਵੇਟ ਸੈਕਟਰ ਦੇ ਹੋਣ ਸੈਂਟਰ ਗਵਰਨਮੈਂਟ ਦੇ ਹੋਣ ਜਾਂ ਸਟੇਟ ਗਵਰਨਮੈਂਟ ਦੇ ਹੋਣ ਹਰ ਤਰ੍ਹਾਂ ਦੀ ਤੁਹਾਡੇ ਤੱਕ ਜਿਹੜੇ ਜਿੰਨੇ ਵੀ ਨੋਟੀਫਿਕੇਸ਼ਨ ਹੁੰਦੇ ਆ ਅਸੀਂ ਪਹੁੰਚਾਉਂਦੇ ਆ ਸੋ ਤੁਸੀਂ ਉਹਦੇ ਲਈ ਸਾਡੇ ਚੈਨਲ ਪਲੱਸ ਸਾਡੀ ਵੈਬਸਾਈਟ ਜੋ ਕਿ www.kori.com ਹੈ ਉਸ ਨੂੰ ਸਬਸਕ੍ਰਾਈ ਸਿੰਪਲੀ Google ਵਿੱਚ ਜਾ ਕੇ ਲਿਖੋਗੇ clory.com ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਏਗੀ ਉੱਥੋਂ ਤੁਸੀਂ ਜਿਹੜੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ ਸਾਡੀ ਵੈਬਸਾਈਟ ਨੂੰ ਸਬਸਕ੍ਰਾਈਬ ਕਰੋਗੇ ਉਹਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਜਿੱਦਾਂ ਹੀ ਅਸੀਂ ਅਪਡੇਟ ਕਰਾਂਗੇ ਤੁਹਾਡੀ ਈਮੇਲ ਬਾਕਸ ਦੇ ਵਿੱਚ ਇੱਕ ਈਮੇਲ ਦੇ ਰੂਪ ਵਿੱਚ ਮਿਲ ਜੇਗਾ ਉਹਦੇ ਵਿੱਚ ਸਾਰੇ ਨਵੇਂ ਅਪਡੇਟ ਜਿਹੜੇ ਨੇ ਹੁੰਦੇ ਨੇ ਤੁਸੀਂ ਉੱਥੋਂ ਚੈੱਕ ਵੀ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰੋਗੇ ਉਦੋਂ ਵੀ ਕਰ ਸਕਦੇ ਹੋ ਪੰਜਾਬ ਦੇ ਲਈ ਅਲੈਕਟ੍ਰੋ ਸੈਕਸ਼ਨ ਬਣਿਆ ਹੋਇਆ ਹੈ ਉੱਪਰ ਰਾਈਟ ਸਾਈਡ ਤੇ ਪੰਜਾਬ ਕਰ ਸਕਦੇ ਹਾਂ ਚਲੋ ਹੁਣ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਲੇਕਿਨ ਉਸ ਤੋਂ ਪਹਿਲਾਂ ਦੱਸ ਦੇਣਾ ਚਾਹਨਾ ਹੈ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਤੁਹਾਨੂੰ ਮਿਲ ਜੀਗਾ ਤੁਸੀਂ ਉੱਥੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ ਤੇ ਪੂਰੀ ਤਿਆਰੀ ਜਿਹੜੀ ਆਪਣੀ ਕਰ ਪਾਉਗੇ ਤੇ ਚਲੋ ਹੁਣ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਇਹ ਤੁਸੀਂ ਦੇਖ ਪਾ ਰਹੇ ਹੋ ਐਡਵਰਟਾਈਜ਼ਮੈਂਟ ਨੰਬਰ ਜਿਹੜਾ ਕਿ ਡिटेल ਨੋਟੀਫਿਕੇਸ਼ਨ ਹੈ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਚੇਅਰਪਰਸਨ ਦੀ ਪੋਸਟ ਦੇ ਲਈ ਜੋ ਕਿ ਸਟੇਟ ਪੁਲਿਸ ਕੰਪਲੇਂਟ ਅਥਾਰਟੀ ਵੱਲੋਂ ਆਊਟ ਕੀਤਾ ਗਿਆ ਹੈ ਇਸ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਜਿਹੜੀਆਂ ਨੇ ਇਨਵਾਈਟ ਕੀਤੀਆਂ ਨੇ ਜਿਹੜੀਆਂ ਕਿ ਚੇਅਰਪਰਸਨ ਦੀ ਪੋਸਟ ਵਾਸਤੇ ਹੈਗੇ ਨੇ ਸਟੇਟ ਪੁਲਿਸ ਕੰਪਲੇਂਟ ਅਥਾਰਟੀ ਫਰੋਮ ਇਲੀਜੀਅਲ ਕੈਂਡੀਡੇਟ ਦੇ ਲਈ ਤੋਸ ਦੇ ਵਿੱਚ ਜਿਹੜੇ ਕੈਂਡੀਡੇਟ ਆਏ ਨੇ ਸਿਵਲ ਸਰਵਿਸਿਜ਼ ਤੋਂ ਆਫੀਸਰ ਰੈਂਕ ਤੋਂ ਤਾਂ ਉਹ ਡਾਇਰੈਕਟ ਚੀਫ ਸੈਕਟਰੀ ਰੈਂਕ ਤੋਂ ਤਾਂ ਉਹ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਪਾਨਗੇ ਜਾਂ ਫਿਰ ਕੋਈ ਵੀ ਅਗਰ ਜਿਹੜੇ ਨੇ ਗਵਰਨਮੈਂਟ ਆਫ ਇੰਡੀਆ ਦੇ ਡਾਇਰੈਕਟਰ ਪੋਸਟ ਤੋਂ ਜਨਰਲ ਜਾਂ ਪੁਲਿਸ ਸਟੇਟ ਗਵਰਨਮੈਂਟ ਤੋਂ ਜਿਹੜੇ ਰਿਟਾਇਰਡ ਨੇ ਉਹ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਪਾਨਗੇ ਐਲੀਜੀਬਿਲਟੀ ਦੀ ਫੁੱਲ ਫਰੇਜ ਗੱਲ ਕਰੀਏ ਇਸ ਦੇ ਵਿੱਚ ਤਾਂ ਜਿਹੜੇ ਕੈਂਡੀਡੇਟ ਜਿਹੜੇ ਨੇ ਅਗਰ ਉਹ ਇੰਡੀਅਨ ਦੇ ਇੰਡੀਆ ਦੇ ਸਿਟੀਜ਼ਨ ਹੈਗੇ ਨੇ ਤਾਂ ਉਹ ਅਪਲਾਈ ਕਰ ਸਕਦੇ ਨੇ ਉਹਨਾਂ ਕੋਲ ਕੋਈ ਵੀ ਜਿਹੜਾ ਆਫਿਸ ਹੈ ਜਿਹੜਾ ਦੀ ਐਂਡਰ ਹੋਵੇ ਜਾਂ ਸੈਂਟਰ ਇਹ ਸਟੇਟ ਗਵਰਨਮੈਂਟ ਦੇ ਅੰਡਰ ਉਹ ਇਹ ਦੇ ਐਲੀਜੀਬਲ ਨਹੀਂ ਹੈ ਉਹ ਕਿਸੇ ਤਰ੍ਹਾਂ ਦੇ ਇਲੈਕਟਿਡ ਆਫਿਸ ਜਾਂ ਇਨਕਲੂਡਿੰਗ ਮੈਂਬਰ ਆਫ ਪਾਰਲੀਮੈਂਟ ਜਾਂ ਮੈਂਬਰ ਆਫ ਸਟੇਟ ਲੈਜਿਸਲੇਟਿਵ ਦੇ ਅੰਡਰ ਕੋਈ ਵੀ ਗਵਰਨਮੈਂਟ ਫਰਮ ਜਾਂ ਗਵਰਨਮੈਂਟ ਜਿਹੜਾ ਹੈ ਚਲਾ ਆਫਿਸ ਜਿਹੜਾ ਚਲਾ ਰਹੇ ਹੋਣ ਤਾਂ ਉਹ ਇਹਦੇ ਲਈ ਐਲੀਜੀਬਲ ਨਹੀਂ ਨੇ ਅਪਲਾਈ ਨਹੀਂ ਕਰ ਸਕਦੇ ਠੀਕ ਹੈ ਜੀ ਔਰ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਆਰਗੇਨਾਈਜੇਸ਼ਨ ਨੂੰ ਲਾਫੁਲੀ ਜਾਂ ਅਨਲਾਫੁਲੀ ਚਲਾ ਰਹੇ ਹੋਣ ਤਾਂ ਉਹ ਇਹਦੇ ਲਈ ਐਲੀਜੀਬਲ ਨਹੀਂ ਹੋਣਗੇ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਜਿਹੜੇ ਵਿੱਚ ਜਿਹੜਾ ਉਹਨਾਂ ਨੇ ਕਲਾਸ ਦਿੱਤਾ ਹੋਇਆ ਹੈ ਕਿ ਕਿਸੇ ਤਰ੍ਹਾਂ ਦੇ ਅਨਸਾਉਂਡ ਮਾਈਂਡ ਮਤਲਬ ਕਿ ਐਦਾਂ ਦਾ ਮਾਈਂਡ ਸੈਟ ਜਿਹਨਾਂ ਦਾ ਹੋਵੇ ਜਿਹੜੇ ਕਿ ਕੰਮ ਦੇ ਟੁਵਰਡਸ ਕੰਮ ਨਹੀਂ ਕਰ ਪਾਣਗੇ ਤਾਂ ਉਹ ਇਹਦੇ ਲਈ ਐਲੀਜੀਬਲ ਨਹੀਂ ਹੋਣਗੇ ਉਹਨਾਂ ਨੇ ਇਹਦੇ ਵਿੱਚ ਟਰਮਸ ਜਿਹੜੀਆਂ ਨੇ ਮੰਗੀਆਂ ਹੋਈਆਂ ਨੇ ਕਿ ਤੁਹਾਡੇ ਅਗੇਂਸਟ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਿਮੀਨਲ ਆਫੈਂਸ ਜਾਂ ਕਿਸੇ ਵੀ ਤਰ੍ਹਾਂ ਦੇ ਤੁਸੀਂ ਕਈ ਕੋਈ ਕਾਰੋਬਾਰੀ ਕੇਸ ਦੇ ਵਿੱਚ ਜਾਂ ਫਿਰ ਕਿਸੇ ਚਾਰਜ ਦੇ ਅੰਡਰ ਜਿਹੜੇ ਫਰੇਮਡ ਨਹੀਂ ਹੋਣੇ ਚਾਹੀਦੇ ਇੰਡੀਆ ਲਾਅ ਦੇ ਅੰਡਰ ਅਗਰ ਤੁਹਾਡੇ ਕੋਈ ਕੋਈ ਕੇਸ ਵੀ ਹੈਗਾ ਸਿੰਪਲੀ ਜਾਂ ਤੁਸੀਂ ਕਿਸੇ ਕੇਸ ਦੇ ਵਿੱਚ ਇਨਵੋਲਡ ਹੋ ਥਰਡ ਪਾਰਟੀ ਦੇ ਨਾਲ ਤਾਂ ਵੀ ਤੁਸੀਂ ਇਹਦੇ ਲਈ ਐਲੀਜੀਬਲ ਨਹੀਂ ਹੋ ਅਪਲਾਈ ਨਹੀਂ ਕਰ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਤੁਹਾਡਾ ਜਿਹੜਾ ਅਪਾਇੰਟਮੈਂਟ ਰਹੇਗੀ 3 ਇਅਰਸ ਤੱਕ ਦੀ ਰਹਿੰਦੀ ਹੈ ਔਰ ਜਦ ਤੱਕ ਤੁਸੀਂ ਜਿਹੜੀ 70 ਸਾਲ ਦੀ ਉਮਰ ਜਿਹੜੀ ਆਚੀਵ ਨਹੀਂ ਕਰ ਲੈਂਦੇ ਹੋ ਮਤਲਬ 70 ਸਾਲ ਦੇ ਨਹੀਂ ਹੁੰਦੇ ਤਦ ਤੱਕ ਤੁਸੀਂ ਇਹਦੇ ਲਈ ਐਲੀਜੀਬਲ ਰਹੋਗੇ ਠੀਕ ਹੈ ਜੀ ਔਰ ਇਸ ਦੇ ਵਿੱਚ ਅਗਰ ਤੁਸੀਂ ਜੌਬ ਛੱਡਣਾ ਚਾਹ ਹੈਂਡ ਜਿਹੜਾ ਦੇਣਾ ਪਵੇਗਾ ਸਟੇਟ ਗਵਰਨਮੈਂਟ ਨੂੰ ਆਪਣੀ ਰਿਜ਼ਾਈਨ ਦੇ ਲਈ ਠੀਕ ਹੈ ਜੀ ਔਰ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਇਸ ਦੇ ਵਿੱਚ ਉਹਨਾਂ ਨੂੰ ਜੇ ਅਗਰ ਤੁਸੀਂ ਕੁਝ ਇਦਾਂ ਦੇ ਕੰਮ ਕਰਦੇ ਹੋ ਜੋ ਕਿ نیچے ਇਹਨਾਂ ਨੇ ਲਿਸਟਡ ਕੀਤੇ ਹੋਏ ਨੇ ਤਾਂ ਤਾਂ ਵੀ ਤੁਸੀਂ ਜਿਹੜੇ ਨੇ ਇਸ ਜੌਬ ਤੋਂ ਜਿਹੜੇ ਹਟਾ ਦਿੱਤੇ ਜਾਓਗੇ ਠੀਕ ਹੈ ਜੀ ਇਸ ਦੇ ਵਿੱਚ ਉਹਨਾਂ ਨੇ ਦੋ ਤਿੰਨ ਚੀਜ਼ਾਂ ਮੈਂਸ਼ਨ ਹੈ ਮੇਨਲੀ ਕੀਤੀਆਂ ਹੋਈਆਂ ਕਿ ਤੁਹਾਡੇ ਅਗੇਂਸਟ ਅਗਰ ਕੋਈ ਕੇਸ ਹੋ ਜਾਂਦਾ ਤਾਂ ਵੀ ਤੁਸੀਂ ਇਹ ਤੋਂ ਹਟਾ ਦਿੱਤੇ ਜਾਓਗੇ ਮਤਲਬ ਤੁਹਾਡੀ ਜਿਹੜੀ ਜੌਬ ਨੂੰ ਟਰਮੀਨੇਟ ਕਰ ਦਿੱਤੀ ਜਾਏਗੀ ਔਰ ਉਸ ਦੇ ਵਿੱਚ ਅਗਰ ਤੁਸੀਂ ਆਪਣੀ ਜੌਬ ਨੂੰ ਨੈਗਲੈਕਟ ਕਰਦੇ ਹੋ ਮਤਲਬ ਤੁਸੀਂ ਨਹੀਂ ਪ੍ਰੋਪਰ ਢੰ ਜੌਬ ਨੂੰ ਡਿਊਟੀਆਂ ਨੂੰ ਤਾਂ ਤੁਹਾਨੂੰ ਫਿਰ ਵੀ ਇਸ ਜੌਬ ਤੋਂ ਹਟਾ ਦਿੱਤਾ ਜਾਏਗਾ ਠੀਕ ਹੈ ਜੀ ਤੁਹਾਡੇ ਅਗੇਂਸਟ ਕਿਸੇ ਵੀ ਤਰ੍ਹਾਂ ਦਾ ਰਿਟਰਨ ਕੰਪਲੇਂਟ ਫਾਈਲ ਹੁੰਦੀ ਹੈ ਪੰਜਾਬ ਪੁਲਿਸ ਜਾਂ ਪੁਲਿਸ ਦੇ ਸਟੇਟ ਪੁਲਿਸ ਦੇ ਅੰਡਰ ਤਾਂ ਵੀ ਤੁਸੀਂ ਜਿਹੜੀ ਇਸ ਜੌਬ ਤੋਂ ਹਟਾ ਦਿੱਤੇ ਜਾਓਗੇ ਠੀਕ ਹੈ ਜੀ ਜਿਹੜੀ ਵੀ ਤੁਹਾਡੇ ਤੁਹਾਨੂੰ ਲੌਨਸ ਮਿਲਣਗੇ ਜਾਂ ਤੁਹਾਨੂੰ ਸੈਲਰੀ ਮਿਲੇਗੀ ਐਸ ਪਰ ਜਿਹੜੀ ਗਵਰਨਮੈਂਟ ਜੌਬ ਨੋਰਮਸ ਹੈ ਉਹ ਰਹੇਗੀ ਠੀਕ ਹੈ ਜੀ ਔਰ ਇਸ ਦੇ ਵਿੱਚ ਤੁਸੀਂ ਸਿੰਪਲੀ ਅਪਲਾਈ ਕਰਨ ਦੇ ਲਈ ਕੀ ਕਰਨਾ ਹੈ ਇੱਕ ਐਪਲੀਕੇਸ਼ਨ ਫਾਰਮ ਦੇ ਉੱਪਰ ਤੁਸੀਂ ਹੈਂਡ ਰਿਟਨ ਜਿਹੜਾ ਹੈ ਜੀ ਇੱਕ ਫਾਰਮ ਦੇਣਾ ਹੈ ਕਿ ਆਪਣੀ ਜੌਬ ਦੇ ਲਈ ਐਪਲੀਕੇਸ਼ਨ ਹੈ ਉਹ ਤੁਸੀਂ ਪਹੁੰਚਾਣੀ ਹੈ ਉਹ ਇਹਨਾਂ ਦੇ ਅਡਰੈਸ ਦਿੱਤਾ ਹੋਇਆ ਰੂਮ ਨੰਬਰ 219 22 ਪੰਜਾਬ ਸਿਵਲ ਸੈਕਟਰੀਟ ਸੈਕਿੰਡ ਸੈਕਟਰ 9 ਚੰਡੀਗੜ ਜੋ ਕਿ 18 6 2021 ਤੱਕ ਪਹੁੰਚ ਜਾਣਾ ਚਾਹੀਦਾ ਸ਼ਾਮ 5 ਵਜੇ ਤੱਕ ਅਗਰ ਤੁਸੀਂ ਐਲੀਜੀਬਲ ਹੋ ਤਾਂ ਜਰੂਰ ਨਾਲ ਇਹਦੇ ਲਈ ਅਪਲਾਈ ਕਰ ਲਵੋ ਨਹੀਂ ਤਾਂ ਤੁਸੀਂ ਇਹਨੂੰ ਆਪਣੇ ਦੋਸਤਾਂ ਜਾਂ ਆਪਣੇ ਰਿਸ਼ਤੇਦਾਰਾਂ ਨਾਲ ਸ਼ੇਅਰ ਜਰੂਰ ਕਰ ਸਕਦੇ ਹੋ ਜਿਹੜੇ ਵੀ ਇਹਦੇ ਲਈ ਐਲੀਜੀਬਲ ਹੋਣਗੇ ਸੋ ਇਹ ਜਿਹੜੀ ਤੁਹਾਡੀ ਜੌਬ ਰਹਿਣ ਵਾਲੀ ਹੈ ਜੀ ਉਹ ਤੁਹਾਡੀ ਇਸ ਇਸ ਡਿਪਾਰਟਮੈਂਟ ਜੋ ਕਿ ਹੈਗਾ ਕਿ ਸਟੇਟ ਪੁਲਿਸ ਕੰਪਲੇਂਟ ਅਥਾਰਟिटीज ਅੰਡਰ ਹੀ ਰਹੇਗੀ ਸੋ ਤੁਸੀਂ ਬਹੁਤ ਹੀ ਵਧੀਆ ਮੌਕਾ ਉਹਨਾਂ ਕੈਂਡੀਡੇਟ ਲਈ ਜਿਹੜੇ ਰਿਟਾਇਰਡ ਨੇ ਸੋ ਉਹਨਾਂ ਨਾਲ ਜ਼ਰੂਰ ਸ਼ੇਅਰ ਕਰ ਦੇਣਾ ਕਿਉਂਕਿ ਕਾਫੀ ਟਾਈਮ ਤੋਂ ਕੈਂਡੀਡੇਟ ਜਿਹੜੇ ਰਿਟਾਇਰਡ ਹੁੰਦੇ ਨੇ ਉਹ ਵੀ ਸਾਨੂੰ ਕਮੈਂਟ ਕਰਦੇ ਨੇ ਸਾਡੇ ਲਈ ਕੋਈ ਜੋਬ ਓਪਰਚ्युनिटी ਜ਼ਰੂਰ ਦੱਸੋ ਸੋ ਇਹ ਜੋਬ ਓਪਰਚ्युनिटी ਜਿਹੜੀ ਹੈ ਟੋਟਲੀ ਰਿਟਾਇਰਡ ਕੈਂਡੀਡੇਟਸ ਲਈ ਹੈਗੀ ਹੈ ਸੋ ਜਲਦੀ ਨਾਲ ਉਹਨਾਂ ਨਾਲ ਸ਼ੇਅਰ ਕਰ ਦੇਵੋ ਜੀ ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਹ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਡਿਸਕ੍ਰ ਸੋ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ